ਸਵਰਾਜ 744 ਫੋਰ ਸਟਾਰ ਰਿਵਰਸ PTO ਦੇ ਨਾਲ। ਇਹ ਹੈਗਾ ਜੀ 17 ਮਾਡਲ, 2,04,75,000 ਰੁਪਇਆ ਡਿਮਾਂਡ ਆ। ਪਾਵਰ ਸਟੇਅਰਿੰਗ ਆ ਜੀ, ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਜੇ। ਅਤੇ ਫਤਿਹਾਬਾਦ ਹਰਿਆਣਾ ਟਰੈਕਟਰ ਮੰਡੀ 'ਚ ਆਏ ਹੋਏ ਹਾਂ ਜੀ। ਪਾਵਰ ਸਟੇਅਰਿੰਗ ਟਰੈਕਟਰ, ਸਿੰਪਲ ਸਟੇਅਰਿੰਗ, 50 HP ਤੋਂ ਵੱਡੇ, 50 HP ਤੋਂ ਛੋਟੇ ਸਾਰੇ ਟਰੈਕਟਰ ਵਿਖਾਵਾਂਗੇ। PB ਨੰਬਰ, HR ਨੰਬਰ, ਨਿਊ ਹੋਲੈਂਡ 3630। ਇਹ ਹੈਗਾ ਜੀ 5 ਮਾਡਲ, 3,45,000 ਰੁਪਇਆ ਡਿਮਾਂਡ ਹੈ। ਸਿੰਪਲ ਸਟੇਅਰਿੰਗ ਹੈ ਜੀ, ਸਿੰਪਲ ਸਟੇਅਰਿੰਗ ਦੇਖ ਸਕਦੇ ਜੀ। ਅਤੇ ਇਸ ਸਾਈਡ ਜੇ ਗੱਲ ਕੀਤੀ ਜਾਵੇ, ਸਵਰਾਜ HR ਨੰਬਰ ਹੈ ਜੀ, 724 ਅਤੇ 13 ਮਾਡਲ, 2,75,000 ਰੁਪਇਆ ਡਿਮਾਂਡ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਜੀ, ਦੇਖ ਸਕਦੇ, ਸਿੰਪਲ ਸਟੇਅਰਿੰਗ ਹੈ। ਅਤੇ ਸੋਨਾਲੀਕਾ ਇੰਟਰਨੈਸ਼ਨਲ 60, ਇਹ ਹੈਗਾ ਜੀ HR ਨੰਬਰ ਹੈ, 15 ਮਾਡਲ, 4,50,000 ਰੁਪਇਆ ਡਿਮਾਂਡ ਹੈ ਜੀ, ਦੇਖ ਸਕਦੇ ਤੁਸੀਂ। ਅਤੇ ਫਾਰਮ ਟਰੈਕ HR ਨੰਬਰ ਹੈ ਜੀ, ਅਤੇ 8 ਮਾਡਲ, 2,65,000 ਰੁਪਇਆ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ, ਸਿੰਪਲ ਸਟੇਅਰਿੰਗ ਹੈ ਜੀ। ਅਤੇ ਸੋਨਾਲੀਕਾ 750 ਇੰਟਰਨੈਸ਼ਨਲ 56, 55 ਕੈਟਾਗਰੀ ਦਾ ਟਰੈਕਟਰ ਹੈ, 750। ਇਹ ਹੈ ਜੀ 21 ਮਾਡਲ ਹੈ, 5,75,000 ਰੁਪਇਆ ਡਿਮਾਂਡ ਹੈ। ਪਾਵਰ ਸਟੇਅਰਿੰਗ ਹੈ, ਪਾਵਰ ਟਰੈਕ 439 DS, ਇਹ ਹੈਗਾ ਜੀ। ਅਤੇ 14 ਮਾਡਲ, 3,10,000 ਰੁਪਇਆ ਡਿਮਾਂਡ ਹੈ ਜੀ, ਠੀਕ ਹੈ। ਅਤੇ ਕੰਡੀਸ਼ਨ ਤੁਹਾਡੇ ਸਾਹਮਣੇ ਜੀ, ਸਿੰਪਲ ਸਟੇਅਰਿੰਗ ਹੈ। ਅਤੇ 6055 ਫਾਰਮ ਟਰੈਕ, 6055 T20, ਇਹ ਹੈਗਾ ਜੀ 16 ਮਾਡਲ, 4,95,000 ਰੁਪਇਆ ਡਿਮਾਂਡ ਹੈ ਜੀ। ਸਿੰਪਲ ਪਾਵਰ ਸਟੇਅਰਿੰਗ ਹੈ ਜੀ। ਅਤੇ ਅਗਲੀ ਸਾਈਡ ਫਿਰ ਫਾਰਮ ਟਰੈਕ ਦਾ ਖੜਾ ਜੀ, ਮਾਡਲ ਹੈਗਾ ਫਾਰਮ ਟਰੈਕ, ਇਹ ਹੈਗਾ 19 ਮਾਡਲ ਹੈ, 4,50,000 ਰੁਪਇਆ ਡਿਮਾਂਡ ਹੈ। ਪਾਵਰ ਸਟੇਅਰਿੰਗ ਹੈ ਜੀ, ਸੁਪਰ ਮੈਕ ਕਲਾਸਿਕ ਮਾਡਲ, ਇਸ ਸਾਈਡ ਵੀ ਫਾਰਮ ਟਰੈਕ ਖੜਾ ਜੀ। ਫਾਰਮ ਟਰੈਕ HR ਨੰਬਰ ਹੈ ਜੀ, 20 ਮਾਡਲ ਹੈ, 4,85,000 ਰੁਪਇਆ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਜੀ, ਦੇਖ ਸਕਦੇ ਤੁਸੀਂ, ਪਾਵਰ ਸਟੇਅਰਿੰਗ ਹੈ। ਸਵਰਾਜ 724, ਇਹ ਹੈਗਾ 21 ਮਾਡਲ, 4,25,000 ਰੁਪਇਆ ਡਿਮਾਂਡ ਹੈ। HR ਨੰਬਰ ਹੈ ਜੀ, ਠੀਕ ਹੈ। ਅਤੇ ਜੇ ਅਗਲੇ ਪਾਸੇ ਲੈ ਕੇ ਚੱਲੀਏ ਜਾਂ ਤੁਹਾਨੂੰ ਇੱਧਰਲੀ ਸਾਈਡ ਲੈ ਕੇ ਚੱਲਦੇ ਹਾਂ, ਚਲੋ। ਇਹ ਹੈਗਾ ਜੀ ਪਾਵਰ ਟਰੈਕ 439, 13 ਮਾਡਲ, 3,35,000 ਰੁਪਏ ਡਿਮਾਂਡ ਹੈ। ਨਵੇਂ ਟਾਇਰ ਅਤੇ ਸਿੰਪਲ ਸਟੇਅਰਿੰਗ ਦੇ ਨਾਲ ਹੈ ਜੀ। ਅਤੇ ਸਵਰਾਜ 744 ਜੀ, 4-star ਰਿਵਰਸ PTO ਦੇ ਨਾਲ ਹੈ, 17 ਮਾਡਲ, 4,95,000 ਰੁਪਇਆ ਡਿਮਾਂਡ ਹੈ ਜੀ। ਟਾਇਰ ਨਵੇਂ ਨੇ, ਪਾਵਰ ਸਟੇਅਰਿੰਗ ਹੈ ਜੀ। ਅਤੇ ਫਾਰਮ ਟਰੈਕ ਚੈਂਪੀਅਨ, ਇਹ ਹੈਗਾ ਜੀ HR ਨੰਬਰ ਹੈ ਜੀ, ਠੀਕ ਹੈ, HR ਨੰਬਰ। ਅਤੇ ਪ੍ਰਾਈਜ਼ ਵਗੈਰਾ ਕਿੱਥੇ ਲਿਖ ਰਿਹਾ, ਕੰਡੀਸ਼ਨ ਤੁਸੀਂ ਦੇਖ ਸਕਦੇ, ਨਵੀਆਂ, ਸਿੰਪਲ ਸਟੇਅਰਿੰਗ ਹੈ ਜੀ, ਟਾਇਰ ਨਵੇਂ ਨੇ। ਸਵਰਾਜ 855 ਰਿਵਰਸ PTO ਦੇ ਨਾਲ, 5-star ਹੈ ਜੀ। HR ਨੰਬਰ ਹੈ ਜੀ, 20 ਮਾਡਲ, 6,15,000 ਰੁਪਇਆ ਡਿਮਾਂਡ ਹੈ ਜੀ, ਦੇਖ ਸਕਦੇ ਤੁਸੀਂ। ਇੱਦੋਂ ਅਗਲਾ ਤੁਹਾਨੂੰ ਨਵਾਂ ਟਰੈਕਟਰ ਵਿਖਾਵਾਂਗੇ, ਬਿਲਕੁਲ ਨਵਾਂ, ਫਾਰਮ ਟਰੈਕ 35, ਆਲ ਰਾਊਂਡਰ, ਵੇਖ ਸਕਦੇ ਜੀ, ਚੈਂਪੀਅਨ, ਠੀਕ ਹੈ ਜੀ। ਪਾਵਰ ਸਟੇਅਰਿੰਗ ਹੈ, ਸਾਰਿਆਂ ਨਾਲੋਂ ਵੱਡੀ ਗੱਲ, 21 ਮਾਡਲ ਹੈ, 4,95,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜੀ ਕੰਡੀਸ਼ਨ ਤੁਸੀਂ। ਅਤੇ ਸਵਰਾਜ 724, ਸਿੰਪਲ ਸਟੇਅਰਿੰਗ ਹੈ ਜੀ, HR ਨੰਬਰ ਹੈ ਜੀ, 21 ਮਾਡਲ, 4,10,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜੀ ਤੁਸੀਂ। ਅਤੇ ਸੋਨਾਲੀਕਾ DI 750, 18 ਮਾਡਲ, 5,65,000 ਰੁਪਇਆ ਡਿਮਾਂਡ ਹੈ ਜੀ, ਠੀਕ ਹੈ, ਦੇਖ ਸਕਦੇ ਜੀ ਕੰਡੀਸ਼ਨ ਤੁਸੀਂ। ਪਾਵਰ ਟਰੈਕ 439 ਐਕਸਟਰਾ ਪਾਵਰ, ਇਹ ਹੈਗਾ ਜੀ 439 ਪਲੱਸ, 19 ਮਾਡਲ ਹੈ, 18 ਮਾਡਲ ਹੈ, ਸੋਰੀ ਉਸ ਸਾਈਡ ਗਲਤ ਕਰਿਆ ਹੋਇਆ ਉਹਨਾਂ ਨੇ, 18 ਮਾਡਲ ਹੈ, 4,00,000 ਅਤੇ ਕੁਛ ਪ੍ਰਾਈਜ਼ ਹੈ, 5,000। ਅਤੇ ਸਟੇਅਰਿੰਗ ਹੈਗਾ ਪਾਵਰ ਸਟੇਅਰਿੰਗ ਹੈ ਜੀ। ਅਗਲੀ ਸਾਈਡ ਸੋਨਾਲੀਕਾ DI 35, 39 ਕੈਟਾਗਰੀ ਦਾ ਟਰੈਕਟਰ ਹੈ, HR ਨੰਬਰ ਹੈ, ਮਾਡਲ ਹੈਗਾ ਜੀ 13, 3,35,000 ਰੁਪਇਆ ਡਿਮਾਂਡ ਹੈ ਜੀ, ਦੇਖ ਸਕਦੇ ਜੀ ਤੁਸੀਂ। ਇਸ ਸਾਈਡ ਪ੍ਰੀਤ 4549, ਪ੍ਰੀਤ 4549 ਪਾਵਰ ਸਟੇਅਰਿੰਗ ਹੈ ਜੀ, ਅਤੇ ਮਾਡਲ ਹੈਗਾ 20,415 ਡਿਮਾਂਡ ਹੈ ਜੀ, ਦੇਖ ਸਕਦੇ ਜੀ ਤੁਸੀਂ, ਪਾਵਰ ਸਟੇਅਰਿੰਗ ਹੈ। ਅਤੇ ACE 450 ਪਲੱਸ ACE, ਇਹ ਹੈਗਾ ਜੀ 13 ਮਾਡਲ ਹੈ, ਅਤੇ 2,90,000 ਰੁਪਇਆ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਇਹ ਹੈਗਾ ਸਿੰਪਲ ਸਟੇਅਰਿੰਗ ਹੈ ਜੀ। ਅਤੇ ਸੋਨਾਲੀਕਾ ਦਾ ਮਾਈਲੇਜ ਮਾਸਟਰ MM 39, ਠੀਕ ਹੈ ਜੀ, ਇਹ ਹੈਗਾ 20 ਮਾਡਲ ਹੈ, 4,25,000 ਰੁਪਇਆ ਡਿਮਾਂਡ ਹੈ, ਅਤੇ ਪਾਵਰ ਸਟੇਅਰਿੰਗ ਹੈ ਜੀ।
ठीक है, सिंगल एक्टिव जैक है। तो अगली साइड महिंद्रा का 415 DI पावर स्टेयरिंग है, 17 मॉडल, 435,000 रुपया डिमांड है। टायर तुम 90% गिन के चलो जी, ठीक है। पावर ट्रैक डीजल सेवर 445 DS, यह हैगा जी 9 मॉडल, 270,000 रुपया डिमांड है जी। कंडीशन तुहाडे सामने वेख सकते जी। तो DI 35 सिंपल स्टेयरिंग है जी, सोनालिका का 10 मॉडल है, 270,000 रुपया डिमांड है, देख सकते जी तुसी। ते प्रीत 6050 ये हैगा जी 22 मॉडल है, 485,000 रुपया डिमांड है। तो पावर स्टेयरिंग है। फार्म ट्रैक चैंपियन ये हैगा जी 10 मॉडल, 285,000 रुपया डिमांड है, तो देख सकते तुसी। सिंपल स्टेयरिंग है। स्वराज बहुत ट्रैक्टर खड़े है, आप बस करते हैं इतों। बहुत है वीडियो अजली, धन्यवाद।